ਸ੍ਰੀਕਾਲ ਜੀ ਸਾਰਿਆਂ ਨੂੰ, ਮੈਂ ਹਾਂ ਅੰਦਰ। ਅੱਜ ਆਪਾਂ ਪੜ੍ਹਾਂਗੇ ਬੀਸੀ ਅਤੇ ਏਡੀ ਦਾ ਕਨਸੈਪਟ। ਬਹੁਤ ਲੋਕਾਂ ਨੂੰ ਬੀਸੀ ਅਤੇ ਏਡੀ ਦਾ ਜਿਹੜਾ ਕਨਸੈਪਟ ਹੈਗਾ ਉਹ ਪਤਾ ਨਹੀਂ ਹੁੰਦਾ। ਅੱਜ ਆਪਾਂ ਇਸ ਕਨਸੈਪਟ ਨੂੰ ਸੌਖੇ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ, ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ। ਹਿਸਟਰੀ ਦੇ ਵਿੱਚ ਬੀਸੀ ਅਤੇ ਏਡੀ ਦੀ ਵਰਤੋਂ ਕੀਤੀ ਜਾਂਦੀ ਹੈ। ਬੀਸੀ ਦਾ ਮਤਲਬ ਹੁੰਦਾ ਬਿਫੋਰ ਕ੍ਰਾਈਸਟ, ਅਤੇ ਬੀਸੀ ਦਾ ਹੀ ਦੂਜਾ ਨਾਂ ਹੁੰਦਾ ਹੈ BCE, ਜਿਸਦਾ ਮਤਲਬ ਹੁੰਦਾ ਹੈ ਬਿਫੋਰ ਕਾਮਨ ਏਰਾ। ਦੂਜੇ ਪਾਸੇ ਗੱਲ ਕਰੀਏ ਆਪਾਂ ਏਡੀ ਦੀ, ਤਾਂ ਏਡੀ ਦਾ ਮਤਲਬ ਹੁੰਦਾ ਹੈ ਐਨੋ ਡੋਮਿਨੀ, ਜਾਂ ਇਸ ਨੂੰ CE ਵੀ ਲਿਖਿਆ ਜਾਂਦਾ ਹੈ, ਜਿਸਦਾ ਮਤਲਬ ਹੁੰਦਾ ਹੈ ਕਾਮਨ ਏਰਾ। BC ਅਤੇ BCE ਦੋਨੋਂ ਇੱਕੋ ਹੀ ਹਨ, ਅਤੇ AD ਅਤੇ CE ਇਹ ਦੋਨੋਂ ਵੀ ਇੱਕੋ ਹੀ ਹਨ। ਅੱਜ ਤੋਂ ਪਹਿਲਾਂ ਪਿੱਛੇ ਜੋ ਵੀ ਇਤਿਹਾਸ ਰਿਹਾ ਹੈ ਉਸ ਨੂੰ ਟਾਈਮ ਸਕੇਲ ਰਾਹੀਂ ਸਮਝਿਆ ਜਾਂਦਾ ਹੈ, ਅਤੇ ਇਸ ਟਾਈਮ ਸਕੇਲ ਵਿੱਚ ਹੀ BC ਅਤੇ AD ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਇਸ ਟਾਈਮ ਸਕੇਲ ਦੇ ਵਿੱਚ 0 ਸਾਲ ਯਿਸੂ ਦੇ ਜਨਮ ਨੂੰ ਮੰਨਿਆ ਜਾਂਦਾ ਹੈ, ਭਾਵ 0 ਤੋਂ ਪਿੱਛੇ BC ਅਤੇ 0 ਤੋਂ ਅੱਗੇ ਵਾਲੇ ਸਮੇਂ ਨੂੰ AD ਕਿਹਾ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਦੇਖਿਆ ਜਾਵੇ ਮਹਾਤਮਾ ਬੁੱਧ ਦਾ ਜਿਹੜਾ ਜਨਮ ਹੈਗਾ 563 ਜਾਂ 566 BC ਦੇ ਵਿੱਚ ਹੋਇਆ, ਤਾਂ ਮਹਾਤਮਾ ਬੁੱਧ ਦਾ ਜਿਹੜਾ ਜਨਮ ਹੈਗਾ ਉਹ ਯਿਸੂ ਦੇ ਜਨਮ ਤੋਂ ਭਾਵ 0 ਤੋਂ ਪਹਿਲਾਂ 563 ਜਾਂ 66 ਸਾਲ ਪਹਿਲਾਂ ਹੋਇਆ ਸੀ। ਇਸੇ ਤਰ੍ਹਾਂ ਹੀ ਮਹਾਭਾਰਤ ਦਾ ਜਿਹੜਾ ਯੁੱਧ ਹੈਗਾ ਉਹ ਯਿਸੂ ਦੇ ਜਨਮ ਤੋਂ 1493 ਸਾਲ ਪਹਿਲਾਂ ਹੋਇਆ ਸੀ। ਇਸੇ ਤਰ੍ਹਾਂ ਹੀ ਸਿੰਧੂ ਘਾਟੀ ਦੀ ਸੱਭਿਅਤਾ ਦੇ ਬਾਰੇ ਦੇਖਿਆ ਜਾਵੇ ਤਾਂ ਸਿੰਧੂ ਘਾਟੀ ਦੀ ਜਿਹੜੀ ਸੱਭਿਅਤਾ ਸੀਗੀ ਉਹ ਯਿਸੂ ਦੇ ਜਨਮ ਤੋਂ 2500 ਸਾਲ ਪਹਿਲਾਂ ਹੁੰਦੀ ਸੀ। ਇਸੇ ਤਰ੍ਹਾਂ ਯਿਸੂ ਦੇ ਜਨਮ ਤੋਂ ਬਾਅਦ ਦੀਆਂ ਜਿਹੜੀਆਂ ਘਟਨਾਵਾਂ ਨੇ ਦੇਖੀਆਂ ਜਾਂਦੀਆਂ ਨੇ, ਯਿਸੂ ਦੇ ਜਨਮ ਹੋਣ ਤੋਂ ਬਾਅਦ 1, 2, 3, 4, 5, 6 ਸਾਲ, ਇੱਦਾਂ ਇਹ ਜਿਹੜੇ ਸਾਲ ਨੇਗੇ ਸ਼ੁਰੂ ਹੁੰਦੇ ਨੇ। ਜਿਵੇਂ ਗੁਪਤ ਕਾਲ ਯਿਸੂ ਦੇ ਜਨਮ ਤੋਂ 320 ਸਾਲ ਬਾਅਦ ਹੋਇਆ, ਤਾਂ ਇਸਨੂੰ 320 AD ਦੇ ਵਿੱਚ ਕਾਊਂਟ ਕੀਤਾ ਜਾਂਦਾ ਵਾ। ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਦੇ ਵਿੱਚ ਹੋਇਆ, ਤਾਂ ਭਾਵ ਯਿਸੂ ਦੇ ਜਨਮ ਤੋਂ 1469 ਸਾਲ ਬਾਅਦ ਹੋਇਆ। ਇਸੇ ਤਰ੍ਹਾਂ ਹੀ ਜੇਕਰ ਅੱਜ ਦਾ ਜਿਹੜਾ ਸਮਾਂ ਵਾ ਉਹ ਦੇਖਿਆ ਜਾਵੇ, ਤਾਂ ਅੱਜ ਤੋਂ 2024 ਸਾਲ ਪਹਿਲਾਂ ਯਿਸੂ ਦਾ ਜਿਹੜਾ ਜਨਮ ਹੋਇਆ ਸੀ। ਜੇਕਰ ਸਿੰਧੂ ਘਾਟੀ ਦੀ ਸੱਭਿਅਤਾ ਦੇ ਬਾਰੇ ਦੇਖਿਆ ਜਾਵੇ, ਤਾਂ ਅੱਜ ਦੇ 2024 ਸਾਲ ਪਲੱਸ 2500 ਪਿਛਲੇ, ਉਹਨਾਂ ਨੂੰ ਦੋਨਾਂ ਨੂੰ ਜੋੜ ਦਿੱਤਾ ਜਾਵੇ ਤਾਂ 4524 ਸਾਲ ਹੋ ਜਾਂਦੇ ਨੇ। ਤਾਂ ਇਸਦਾ ਮਤਲਬ ਇਹ ਆ ਜਿਹੜੀ ਸਿੰਧੂ ਘਾਟੀ ਦੀ ਸੱਭਿਅਤਾ ਸੀ ਉਹ ਅੱਜ ਤੋਂ, ਅੱਜ ਜਿਹੜਾ ਪ੍ਰੈਜੈਂਟ ਸਮਾਂ ਚੱਲ ਰਿਹਾ ਇਸ ਤੋਂ 4524 ਸਾਲ ਪਹਿਲਾਂ ਹੁੰਦੀ ਸੀ। ਤਾਂ ਇਹ ਸੀਗਾ ਕੰਸੈਪਟ AD ਅਤੇ BC ਦਾ।